ਸਸ੍ਰੀਕਾਲ ਜੀ ਮੈਂ ਇੰਤਿਆਜ਼ ਬਰਾੜ ਅਤੇ ਤੁਸੀਂ ਵੇਖ ਰਹੇ ਹੋ ਚਰਦੀ ਕਲਾ ਟਾਈਮ ਟੀਵੀ ਤਾਂ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਉਹ ਜੁੜੀ ਹੋਈ ਹੈ ਹਾਈ ਕੋਰਟ ਦੇ ਨਾਲ ਜੀ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਇੱਕ ਉਹਨਾਂ ਦਾ ਨੋਟਿਸ ਜਿਹੜਾ ਹੈਗਾ ਉਹ ਸਾਹਮਣੇ ਆ ਚੁੱਕਾ ਹੈ ਜਿੱਥੇ ਕਿ ਪਤਾ ਲੱਗਾ ਹੈ ਕਿ ਵੀ ਵੀ ਆਈ ਪੀਜ਼ ਦੀ ਸੁਰੱਖਿਆ ਦੇ ਉੱਪਰ ਕਟੌਤੀ ਦੇ ਉੱਪਰ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ ਜਿੱਥੇ ਕਿ ਹਾਈ ਕੋਰਟ ਨੇ ਇਹ ਹਵਾਲਾ ਦਿੱਤਾ ਹੈ ਕਿ ਇਸ ਦੇ ਨਾਲ ਗਲਤ ਤੱਤਾਂ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਇਸ ਦਾ ਫਾਇਦਾ ਅਤੇ ਹਾਈ ਕੋਰਟ ਦੇ ਵੱਲੋਂ ਸਾਰਿਆਂ ਦੀ ਸੁਰੱਖਿਆ ਤੋਂ ਜਿਹੜੀ ਹੈਗੀ ਸੀ ਜਿਹੜੀ ਪਹਿਲਾਂ ਬੰਦ ਕੀਤੀ ਗਈ ਸੀ ਤਾਂ ਉਸ ਸੁਰੱਖਿਆ ਨੂੰ ਮੁੜ ਤੋਂ ਬਹਾਲ ਕਰਨ ਦੇ ਜੀਹਾਂ ਬਹਾਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਦੱਸਿਆ ਜਾ ਰਿਹਾ ਕਿ ਜਾਣਕਾਰੀਆਂ ਜਨਤਕ ਕਰਨ ਦੇ ਨਾਲ ਕਈਆਂ ਦੀਆਂ ਜਾਨਾਂ ਖਤਰੇ ਦੇ ਘੇਰੇ ਦੇ ਵਿੱਚ ਨੇ ਇਸ ਕਰਕੇ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਵੀ ਵੀ ਆਈ ਪੀਜ਼ ਦੀ ਸੁਰੱਖਿਆ ਦੇ ਉੱਪਰ ਹਾਈ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਅੱਜ ਹੀ ਆਇਆ ਜਿੱਥੇ ਕਿ ਇਹ ਵੀ ਕਿਹਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਕਿ ਸਮੀਖਿਆ ਕਰਨ ਤੋਂ ਬਾਅਦ ਹੀ अगला कदम चुके सरकार ਅਤੇ ਇਸ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਪੂਰੀ ਧਿਆਨ ਦੀ ਜਿਹੜੀ ਗੱਲ ਹੈਗੀ ਆ ਉਹ ਇਹ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਵੀ ਆਈ ਪੀਜ਼ ਦੀ ਸੁਰੱਖਿਆ ਦੇ ਬਾਰੇ ਵਿੱਚ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਇਸ ਤੋਂ ਪਹਿਲਾਂ ਜਦੋਂ ਲਿਸਟ ਆਉਂਦੀ ਹੈ ਇੱਕ ਉਸ ਲਿਸਟ ਦੇ ਵਿੱਚ ਜਨਤਕ ਨਾਮ ਕੀਤੇ ਜਾਂਦੇ ਨੇ ਬਹੁਤ ਸਾਰੇ ਲੋਕਾਂ ਦੇ ਕਰੀਬ-ਕਰੀਬ 400 ਦੇ ਕਰੀਬ ਲੋਕਾਂ ਦੀਆਂ ਜਿਹੜੀਆਂ ਸੈਕਿਉਰिटीज ਜਿਹੜੀਆਂ ਸੀ ਉਹਨਾਂ ਨੂੰ ਘਟਾ ਦਿੱਤਾ ਗਿਆ ਜਾਂ ਫਿਰ ਪੂਰੇ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਸੀ ਇੱਕ ਘਟਨਾ ਵਾਪਰਦੀ ਆ ਤੇ ਉਹ ਘਟਨਾ ਜਿਹੜੀ ਆ ਸਾਰਿਆਂ ਦੇ ਹਿਰਦਿਆਂ ਨੂੰ ਵਲੁੰਧਰ ਕੇ ਰੱਖ ਦਿੰਦੀ ਆ ਤੇ ਉਹ ਘਟਨਾ ਸੀ ਸਿੱਧੂ ਮੂਸੇਵਾਲਾ ਦੀ ਆ ਇਸ ਨੂੰ ਕਿਤੇ ਨਾ ਕਿਤੇ ਜੋੜ ਕੇ ਵੇਖਿਆ ਜਾ ਰਿਹਾ ਇਸ ਦੇ ਐਂਗਲ ਨੂੰ ਵੀ ਇਸ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ ਪਰ ਹੁਣ ਜਿਹੜੀ ਹੈਗੀ ਐ ਇਸ ਵਕਤ ਦੀ ਵੱਡੀ ਖਬਰ ਹੈਗੀ ਹੈ ਉਹ ਆ ਚੁੱਕਿਆ ਸਾਹਮਣੇ ਅਤੇ ਇਸ ਘਟਨਾ ਦੇ ਵਿੱਚ ਪਤਾ ਜਿਹੜੀ ਲੱਗੀ ਆ ਗੱਲ ਇਹ ਹੀ ਹੈ ਕਿ ਵੀ ਵੀ ਆਈ ਪੀਜ਼ ਦੀ ਜਿਹੜੀ ਸੁਰੱਖਿਆ ਹੈ ਉਸ ਨੂੰ ਮੁੜ ਤੋਂ ਬਹਾਲ ਰੱਖਿਆ ਜਾਵੇਗਾ ਅਤੇ ਜਿਨ੍ਹਾਂ ਨੂੰ ਜਿੰਨੀ ਵੀ ਸਿਕਿਉਰਿਟੀ ਪਹਿਲਾਂ ਦਿੱਤੀ ਗਈ ਸੀ ਉਸ ਨੂੰ ਦੁਬਾਰਾ ਤੋਂ ਉਨਾ ਹੀ ਕਰ ਦਿੱਤਾ ਗਿਆ ਹੈ ਹਾਈ ਕੋਰਟ ਦੇ ਇਹ ਆਦੇਸ਼ ਨੇ ਪਰ ਇਥੇ ਨਾਲ ਦੀ ਨਾਲ ਸਵਾਲੀਆ ਜਿਹੜਾ ਨਿਸ਼ਾਨ ਖੜਾ ਹੁੰਦਾ ਏ ਉਹ ਇਸ ਗੱਲ ਦੇ ਉੱਪਰ ਵੀ ਹੁੰਦਾ ਏ ਕਿ ਅਗਰ ਇਸ ਵਕਤ ਇਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾ ਰਿਹਾ ਏ ਤਾਂ ਫਿਰ ਮੁਰਤੋਂ ਸਮੀਖਿਆ ਕਰਨ ਦੇ ਵਾਸਤੇ ਜਦੋਂ ਸਰਕਾਰ ਦੇ ਸਾਹਮਣੇ ਇਹ ਦੁਬਾਰਾ ਤੋਂ ਜਾਵੇਗਾ ਮਸਲਾ ਤਾਂ ਉਸ ਵਕਤ ਹਾਈ ਕੋਰਟ ਅਤੇ ਸਰਕਾਰ ਦੇ ਦਰਮਿਆਨ ਕੀ ਤਾਲਮੇਲ ਬਣੇਗਾ ਜੇਕਰ ਬਣੇਗਾ ਤਾਂ ਕਿਸ ਗੱਲ ਤੇ ਬਣੇਗਾ ਤੇ ਜੇਕਰ ਨਹੀਂ ਬਣੇਗਾ ਤਾਂ ਕਿਸ ਗੱਲ ਤੇ ਨਹੀਂ ਬਣੇਗਾ ਇਸ ਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਨੇ ਸਾਰੀ ਸਿਚੁਏਸ਼ਨ ਕਿਤੇ ਨਾ ਕਿਤੇ ਸ਼ਸ਼ੂ ਪੰਜ ਦੇ ਵਿੱਚ ਵੀ ਪੈ ਸਕਦੀ ਹੈ ਬਾਕੀ ਤੁਸੀਂ ਇਸ ਸਾਰੇ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਅਤੇ ਕੀ ਸੋਚਦੇ ਹੋ ਤੁਸੀਂ ਇਸ ਦੇ ਬਾਰੇ ਵਿੱਚ ਇਸ ਦੇ ਬਾਰੇ ਵਿੱਚ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਤੇ ਇਸ ਦੇ ਨਾਲ ਹੀ ਇਮਤੀਆਜ਼ ਬਰਾਨੋ ਦੇ ਇਜਾਜ਼ਤ ਸਤਿ ਸ੍ਰੀ ਅਕਾਲ